अज आपां गल करांगे पंजाब दे मशहूर गीतकार सिंगर ते एक्टर हैप्पी रायकोटी दी, जिन्हां ने गरीबी दीआं बेड़ियां तोड़ के अपना वक्खरा नाम बनाया। इस वीडियो विच आपां गल करांगे हैप्पी रायकोटी दे जीवन बारे, परिवार बारे, विआह बारे, स्ट्रगल बारे ते उन्हां दी परसनल लाइफ बारे भी गल करांगे। सो सब तो पहला हैप्पी रायकोटी का जन्म सन 1992 नूं जिला लुधियाणा दे पिंड रायकोट विच होया। इन्हां दे पिता जी का नाम है सुख संपत राय। इन्हां दे पिता जी ने जो भी काम करना चाहिया उह कामयाब ना हो सकिया, जिस करके उस वेले इन्हां दी आर्थिक हालत बहुत ही चंगी नहीं सी। घर दा खर्चा चलाउण लई हैप्पी रायकोटी दी माता जी दरिया वगैरह बुणदी सी ते लोकां दे सूट वगैरह सिउं के घर दा खर्च चलदा सी। तुहानूं दस दईए कि हैप्पी रायकोटी दीआं दो वड्डियां भैणां ने ते इह तिन भैणां दा इक्को इक भरा है। स्ट्रगल दे दिनां विच उहनां दा कच्चा घर सी, घर दी छत मीह पैण लग्गिआं चौंदी सी, जो भी पैसा कम्म करके इकट्ठा कीता घर बनाउण ते लग गया। इसलिए हैप्पी रायकोटी नूं काम शुरू करन लई अपने मां दी चूड़ी तक वेचणी पई। जिस काम लई हैप्पी रायकोटी ने चूड़ी वेची सी उहनां दा ओह काम वी नहीं चलिया। जे इहनां दे विआह बारे गल करिए तां इहनां दा विआह 7 फरवरी 2018 नूं होया। पंजवीं जमात तक हैप्पी रायकोटी प्राइवेट स्कूल च पढ़िया। उदों उहनां दी स्कूल फीस 5 रुपए सी। छेवीं सत्तवीं क्लास तों हैप्पी रायकोटी ने अपनी स्कूल दी फीस आप भरन लई बिजली दा काम करना शुरू कर दिता। उहनां दिनां विच हैप्पी रायकोटी दे नानके ने उहनां दा बहुत साथ दिता ते उह कुछ समा अपने नानके पिंड भी रहा। जे इन्हां दी स्टडी बारे गल करिए तां इन्हां ने DAV कॉलेज जगराओं तो ग्रैजुएशन दी डिग्री हासिल कीती हुई है। जदों उन्होंने प्लस टू की पढ़ाई खत्म कीती तां उस तो बाद उह कपड़े बेचण दा काम करन लग पए। जलंधर तो कपड़े खरीद के जगराओं विच वेचदे सी, स्कूटर उत्ते कपड़े लद के दुकानां विच सप्लाई करदे सी। उन्होंने तकरीबन साल को यह काम किया। नाल दी नाल उह गायकी वाले पासे भी स्ट्रगल कर रहे सी। उह गीत लिखदे हुंदे सी ते कलाकारां नूं फोन वगैरह करदे रहिंदे सी ਤਾਂ ਕਿ ਉਹਨਾਂ ਦਾ ਲਿਖਿਆ ਹੋਇਆ ਗਾਣਾ ਕੋਈ ਕਲਾਕਾਰ ਰਿਕਾਰਡ ਕਰਵਾ ਸਕੇ, ਪਰ ਜ਼ਿਆਦਾਤਰ ਕਲਾਕਾਰ ਉਹਨਾਂ ਨੂੰ ਨਾ ਹੀ ਕਰ ਦਿੰਦੇ ਸੀ। ਇੱਕ ਵਾਰ ਕਿਸੇ ਸਿੰਗਰ ਨੇ ਉਹਨਾਂ ਤੋਂ ਗੀਤ ਤਾਂ ਲੈ ਲਿਆ ਪਰ ਰਿਲੀਜ਼ ਨਹੀਂ ਕੀਤਾ। ਜਦੋਂ ਥੋੜ੍ਹੇ ਦਿਨਾਂ ਬਾਅਦ ਹੈਪੀ ਰਾਇਕੋਟੀ ਨੇ ਉਸ ਨੂੰ ਗਾਣੇ ਬਾਰੇ ਫੋਨ ਕਰਕੇ ਪੁੱਛਿਆ ਤਾਂ ਉਸ ਕਲਾਕਾਰ ਨੇ ਅੱਗੋਂ ਕਿਹਾ ਕਿ ਇੱਦਾਂ ਨਹੀਂ ਰਿਲੀਜ਼ ਹੁੰਦੇ ਗਾਣੇ, ਤੂੰ ਮੇਰੇ ਕੋਲ 30,000 ਰੁਪਇਆ ਲੈ ਕੇ ਆ ਜਾ, ਫਿਰ ਮੈਂ ਤੇਰਾ ਲਿਖਿਆ ਗੀਤ ਗਾਵਾਂਗਾ। ਇਸ ਘਟਨਾ ਤੋਂ ਹੈਪੀ ਰਾਇਕੋਟੀ ਹੋਰ ਮੋਟੀਵੇਟ ਹੋਇਆ ਕਿ ਹਾਂ ਮੈਂ ਲੋਕਾਂ ਨੂੰ ਕਰਕੇ ਦਿਖਾਊਂਗਾ, ਤੇ ਉਹ ਗੀਤ ਲਿਖਦੇ ਰਹੇ ਤੇ ਮਿਹਨਤ ਕਰਦੇ ਰਹੇ। ਹੈਪੀ ਰਾਇਕੋਟੀ ਦਾ ਇੱਕ ਦੋਸਤ ਸੀ ਜਿਸ ਦਾ ਨਾਂ ਹੈ ਵਰੁਣ। ਉਹ ਹੈਪੀ ਨੂੰ ਰੋਸ਼ਨ ਪ੍ਰਿੰਸ ਕੋਲ ਲੈ ਕੇ ਗਿਆ। ਉਸਨੇ ਰੋਸ਼ਨ ਪ੍ਰਿੰਸ ਨੂੰ 12 ਗਾਣੇ ਸੁਣਾਏ ਜਿਨ੍ਹਾਂ ਵਿੱਚੋਂ 4 ਸਿਲੈਕਟ ਕੀਤੇ ਗਏ। ਸੋ ਇਦਾਂ ਉਹਨਾਂ ਦਾ ਪਹਿਲਾ ਲਿਖਿਆ ਹੋਇਆ ਸੌਂਗ ਰੋਸ਼ਨ ਪ੍ਰਿੰਸ ਨੇ ਗਾਇਆ ਜਿਸ ਦਾ ਨਾਂ ਸੀ ਤੇਰੇ ਠੁਮਕੇ, ਜੋ ਕਿ ਫਲੌਪ ਰਿਹਾ। ਉਸ ਤੋਂ ਬਾਅਦ ਉਹਨਾਂ ਦਾ ਲਿਖਿਆ ਦੂਜਾ ਧਾਰਮਿਕ ਸੌਂਗ ਦਲਜੀਤ ਦੁਸਾਂਝ ਨੇ ਗਾਇਆ ਜਿਸ ਦਾ ਨਾਂ ਸੀ ਗੁਰੂ ਗੋਬਿੰਦ ਜੀ ਪਿਆਰੇ। ਉਹਨਾਂ ਦਾ ਇਹ ਸੌਂਗ ਵੀ ਫਲੌਪ ਰਿਹਾ, ਪਰ ਪਹਿਲੀ ਵਾਰ ਦਲਜੀਤ ਦੁਸਾਂਝ ਨੇ ਇਸ ਸੌਂਗ ਲਈ ਹੈਪੀ ਰਾਇਕੋਟੀ ਨੂੰ 10,000 ਰੁਪਏ ਦਿੱਤੇ ਤੇ ਉਹਨਾਂ ਦੀ ਪੱਗ ਵਾਲੀ ਫੋਟੋ ਵੀ ਐਜ਼ ਏ ਗੀਤਕਾਰ ਕੈਸੇਟ ਉੱਤੇ ਲਗਾਈ ਗਈ। ਬੇਸ਼ੱਕ ਇਹ ਗਾਣਾ ਫਲੌਪ ਰਿਹਾ, ਪਰ ਇਸ ਤੋਂ ਹੈਪੀ ਨੇ ਬਹੁਤ ਕੁਝ ਨਵਾਂ ਸਿੱਖਿਆ। ਉਸ ਤੋਂ ਬਾਅਦ ਸਿੱਪੀ ਗਿੱਲ ਦੀ ਫਿਲਮ ਪੁੱਤ ਜੱਟਾਂ ਦੇ ਲਈ ਉਹਨਾਂ ਨੇ 2 ਗਾਣੇ ਲਿਖੇ, ਜੱਟੀ ਐਂਡ ਤੇ ਕੁੜਮ ਕਬੀਲਾ, ਜੋ ਕਿ ਸੁਪਰ ਡੁਪਰ ਹਿੱਟ ਰਹੇ। ਫਿਰ ਰੋਸ਼ਨ ਪ੍ਰਿੰਸ ਨੇ ਹੀ ਉਹਨਾਂ ਦਾ ਲਿਖਿਆ ਇੱਕ ਹੋਰ ਸੌਂਗ ਗਾਇਆ ਜਿਸ ਦਾ ਨਾਂ ਹੈ ਵਹਿਮ, ਜੋ ਕਿ ਬਹੁਤ ਹੀ ਵਧੀਆ ਚੱਲਿਆ। ਲੋਕਾਂ ਨੇ ਇਸ ਸੌਂਗ ਨੂੰ ਬਹੁਤ ਪਿਆਰ ਦਿੱਤਾ। ਸੋ ਇੱਦਾਂ ਹੈਪੀ ਰਾਇਕੋਟੀ ਦੇ ਲਿਖੇ 2-3 ਸੌਂਗ ਹਿੱਟ ਹੋਣ ਨਾਲ ਹੈਪੀ ਰਾਇਕੋਟੀ ਦਾ ਨਾਮ ਬਣਨਾ ਸ਼ੁਰੂ ਹੋ ਗਿਆ। ਸਾਲ 2015 ਵਿੱਚ ਉਹਨਾਂ ਨੇ ਪਹਿਲੀ ਵਾਰ ਪੰਜਾਬੀ ਫਿਲਮ ਅੰਗਰੇਜ਼ ਲਈ ਗਾਣਾ ਲਿਖਿਆ। ਸਾਲ 2014 ਦੇ ਵਿੱਚ ਸਿੰਗਲ ਟਰੈਕ ਜਾਣ ਨਾਲ ਉਹਨਾਂ ਨੇ ਐਜ਼ ਏ ਸਿੰਗਰ ਗਾਉਣ ਦੀ ਸ਼ੁਰੂਆਤ ਕੀਤੀ। ਸਾਲ 2015 ਵਿੱਚ ਉਹਨਾਂ ਨੇ ਆਪਣੀ ਪਹਿਲੀ ਐਲਬਮ ਰਿਲੀਜ਼ ਕੀਤੀ ਜਿਸ ਦਾ ਨਾਂ ਹੈ 7 ਕਨਾਲਾਂ। ਉਹਨਾਂ ਦੇ ਲਿਖੇ ਸੁਪਰ ਹਿੱਟ ਗਾਣੇ ਕਈ ਵੱਡੇ ਪੰਜਾਬੀ ਸਿੰਗਰਾਂ ਨੇ ਗਾਏ, ਜਿੱਦਾਂ ਕਿ ਗਿੱਪੀ ਗਰੇਵਾਲ, ਜੱਸੀ ਗਿੱਲ, ਰੋਸ਼ਨ ਪ੍ਰਿੰਸ, ਦਲਜੀਤ ਦੁਸਾਂਝ, ਦਿਲਪ੍ਰੀਤ ਢਿੱਲੋਂ ਤੇ ਸਿੱਪੀ ਗਿੱਲ ਜਿਹੇ ਨਾਮੀ ਸਿੰਗਰਾਂ ਨੇ ਹੈਪੀ ਰਾਇਕੋਟੀ ਦੇ ਲਿਖੇ ਗੀਤ ਗਾਏ। ਇਸ ਤੋਂ ਇਲਾਵਾ ਬਹੁਤ ਸਾਰੀਆਂ ਪੰਜਾਬੀ ਫਿਲਮਾਂ ਲਈ ਉਹ ਗੀਤ ਲਿਖ ਚੁੱਕੇ ਨੇ। ਸਾਲ 2016 ਦੇ ਵਿੱਚ ਉਹਨਾਂ ਨੇ ਐਜ਼ ਏ ਐਕਟਰ ਪੰਜਾਬੀ ਫਿਲਮ ਵਿੱਚ ਵੀ ਕੰਮ ਕੀਤਾ ਜਿਸ ਦਾ ਨਾਂ ਹੈ ਟੇਸ਼ਨ। ਉਹਨਾਂ ਦੀ ਐਕਟਿੰਗ ਨੂੰ ਵੀ ਲੋਕਾਂ ਨੇ ਕਾਫੀ ਪਸੰਦ ਕੀਤਾ। ਸੋ ਇੱਦਾਂ ਉਹਨਾਂ ਦਾ ਕੰਮ ਕਾਜ ਅੱਜ ਵਧੀਆ ਚੱਲ ਰਿਹਾ ਹੈ। ਰੱਬ ਉਹਨਾਂ ਨੂੰ ਇੱਦਾਂ ਹੀ ਚੜ੍ਹਦੀ ਕਲਾ ਵਿੱਚ ਰੱਖਣ। ਤੁਹਾਨੂੰ ਵੀਡੀਓ ਕਿੱਦਾਂ ਲੱਗੀ ਕਮੈਂਟ ਬਾਕਸ ਵਿੱਚ ਆਪਣੀ ਰਾਏ ਜ਼ਰੂਰ ਦਿਓ। ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਜ਼ਰੂਰ ਕਰ ਦਿਓ ਤੇ ਇਹੋ ਜਿਹੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਇਕਸੀ ਦੇਸੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਤਾਂ ਫਿਰ ਹੁਣ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ। ਉਦੋਂ ਤੱਕ ਰੱਬ ਰਾਖਾ।